ਫਿਰੋਜ਼ਪੁਰ ਦੇ ਇਤਿਹਾਸਿਕ ਗੁਰੂ ਘਰ ਜਾਮਨੀ ਸਾਹਿਬ ਦੇ ਵਿੱਚ ਸਿਲੰਡਰ ਫਟਣ ਦੇ ਨਾਲ 5 ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਬੱਚੇ ਲੰਗਰ ਛਕਣ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਸੀ ਕਿ ਅਚਾਨਕ ਗੁਰੂ ਘਰ ਦੇ ਵਿੱਚ ਸਿਲੰਡਰ ਫਟ ਗਿਆ। ਫਿਰੋਜ਼ਪੁਰ ਦੇ ਵਜੀਦਪੁਰ 'ਚ ਸਥਿਤ ਗੁਰਦੁਆਰਾ ਜਾਮਨੀ ਸਾਹਿਬ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ। ਫਿਲਹਾਲ ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੋ ਗਈ, ਕੀ ਹਾਦਸਾ ਵਾਪਰ ਗਿਆ ਜੀ? ਇਹ ਬਸ ਅੰਦਰ ਮੈਂ ਉੱਥੋਂ ਪਹਿਲਾਂ 10 ਮਿੰਟ ਪਹਿਲਾਂ ਅੰਦਰ ਗੇੜਾ ਲਾ ਕੇ ਆਇਆ ਲੰਗਰ ਹਾਲ 'ਚ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਮੈਂ ਕੋਲ ਕਿਤੇ ਸੇਵਾ ਵਾਲੇ ਸਿੰਘ ਆਏ ਨੇ ਅਤੇ ਮੈਂ ਬੈਠਾ ਹੀ ਹੋਇਆ ਡਾਕਟਰ ਤੋਂ, ਇੱਕ ਕਹਿੰਦੇ ਵੀ ਉੱਥੇ ਅੱਗ ਲੱਗੀ ਤਾਂ ਉਹਦਾ ਭੱਜੇ ਹਾਂ ਬਸ ਚੁੱਕ ਕੇ ਲੈਣ ਦਾ, ਸਾਨੂੰ ਇਹ ਨਹੀਂ ਜ਼ਿਆਦਾ ਜਾਣਕਾਰੀ ਮਿਲੀ ਵੀ ਉੱਥੇ ਹੋਇਆ ਕੀ ਹੈ। ਅਸੀਂ ਤਾਂ ਬੱਚਿਆਂ ਨੂੰ ਪਹਿਲਾਂ ਕਿਹਾ ਵੀ ਬੰਦਿਆਂ ਨੂੰ ਸੰਭਾਲੋ, ਬੱਚਿਆਂ ਨੂੰ ਸੰਭਾਲੋ, ਇਹ ਸਕੂਲ ਕਿਤੇ ਗਏ, ਸਕੂਲੋਂ ਕਿਤੇ ਛੁੱਟੀ ਕਰਕੇ ਆ ਗਏ ਨੇ ਆਪੇ ਆਪਦੀ ਮਰਜ਼ੀ ਨਾਲ। ਕਿੰਨੇ ਬੱਚੇ ਨੇ ਤੇ ਕਿੰਨੇ ਮੁਲਾਜ਼ਮ? 5 ਬੱਚੇ, 2 ਮੁਲਾਜ਼ਮ ਜੀ, ਇੱਕ ਧੂਗਿਆ ਸਿੰਘ, ਇੱਕ ਮੁਲਾਜ਼ਮ ਤੇ 5 ਬੱਚੇ। ਤੇ ਕਿਸੇ ਨੂੰ ਰੈਫਰ ਵੀ ਕੀਤਾ ਮੁਲਾਜ਼ਮ ਨੂੰ? ਹਾਂਜੀ ਹਾਂਜੀ, ਉਹ DMC ਜੀ ਸਾਹਿਬ, DMC ਤੇ ਬਾਕੀ ਦੇ ਜਿਹੜੇ 5 ਬੱਚੇ ਨੇ ਉਹ ਕਿੱਥੇ ਨੇ? ਉਹ ਸਿਵਲ 'ਚ, ਸਿਵਲ 'ਚ ਇੱਕ ਮੁਲਾਜ਼ਮ ਜਿਹੜਾ। ਹਾਂਜੀ, ਉਹ ਏਜੰਸੀ 'ਚ ਬਾਕੀ ਬੱਚੇ ਪਹੁੰਚੇ ਕਿੱਦਾਂ ਜਿੱਥੇ ਲਗਭਗ ਤਿਆਰ ਹੋ ਰਿਹਾ ਸੀਗਾ? ਇਹ ਆਪਣੀ ਮਰਜ਼ੀ ਨਾਲ ਸੇਵਾ ਸੰਗਤ ਕਰਦੀ ਰਹਿੰਦੀ ਉੱਥੇ, ਤੁਹਾਨੂੰ ਪਤਾ ਜੀ ਉੱਥੇ ਪੁੱਛਦੇ ਤਾਂ ਕਿਹੜਾ ਕਿਸੇ ਨੂੰ ਕਹੀ ਜਾ ਵੀ ਤੂੰ ਭਾਵ ਕਿੱਧਰ ਆਇਆ, ਨਾ ਕਿਸੇ ਨੂੰ ਪੁੱਛੀਦਾ ਜੀ। ਤੁਹਾਡਾ ਨਾਮ ਜੀ? ਮੈਂ ਜਸਪਾਲ ਸਿੰਘ ਜੀ। ਫਿਰੋਜ਼ਪੁਰ ਦੇ ਇਤਿਹਾਸਿਕ ਗੁਰੂ ਘਰ ਜਾਮਨੀ ਸਾਹਿਬ ਦੇ ਵਿੱਚ ਸਿਲੰਡਰ ਫਟਣ ਦੇ ਨਾਲ 5 ਸਕੂਲੀ ਬੱਚਿਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਬੱਚੇ ਲੰਗਰ ਛਕਣ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੇ ਸੀ ਕਿ ਅਚਾਨਕ ਗੁਰੂ ਘਰ ਦੇ ਵਿੱਚ ਸਿਲੰਡਰ ਫਟ ਗਿਆ। ਫਿਰੋਜ਼ਪੁਰ ਦੇ ਵਜੀਦਪੁਰ 'ਚ ਸਥਿਤ ਗੁਰਦੁਆਰਾ ਜਾਮਨੀ ਸਾਹਿਬ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਸੀ। ਫਿਲਹਾਲ ਜ਼ਖਮੀ ਬੱਚਿਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹੋ ਗਈ, ਕੀ ਹਾਦਸਾ ਵਾਪਰ ਗਿਆ ਜੀ? ਇਹ ਬਸ ਅੰਦਰ ਮੈਂ ਉੱਥੋਂ ਪਹਿਲਾਂ 10 ਮਿੰਟ ਪਹਿਲਾਂ ਅੰਦਰ ਗੇੜਾ ਲਾ ਕੇ ਆਇਆ ਲੰਗਰ ਹਾਲ 'ਚ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਮੈਂ ਕੋਲ ਕਿਤੇ ਸੇਵਾ ਵਾਲੇ ਸਿੰਘ ਆਏ ਨੇ ਅਤੇ ਮੈਂ ਬੈਠਾ ਹੀ ਹੋਇਆ ਡਾਕਟਰ ਤੋਂ, ਇੱਕ ਕਹਿੰਦੇ ਵੀ ਉੱਥੇ ਅੱਗ ਲੱਗੀ ਤਾਂ ਉਹਦਾ ਭੱਜੇ ਹਾਂ ਬਸ ਚੁੱਕ ਕੇ ਲੈਣ ਦਾ, ਸਾਨੂੰ ਇਹ ਨਹੀਂ ਜ਼ਿਆਦਾ ਜਾਣਕਾਰੀ ਮਿਲੀ ਵੀ ਉੱਥੇ ਹੋਇਆ ਕੀ ਹੈ। ਅਸੀਂ ਤਾਂ ਬੱਚਿਆਂ ਨੂੰ ਪਹਿਲਾਂ ਕਿਹਾ ਵੀ ਬੰਦਿਆਂ ਨੂੰ ਸੰਭਾਲੋ, ਬੱਚਿਆਂ ਨੂੰ ਸੰਭਾਲੋ, ਇਹ ਸਕੂਲ ਕਿਤੇ ਗਏ, ਸਕੂਲੋਂ ਕਿਤੇ ਛੁੱਟੀ ਕਰਕੇ ਆ ਗਏ ਨੇ ਆਪੇ ਆਪਦੀ ਮਰਜ਼ੀ ਨਾਲ। ਕਿੰਨੇ ਬੱਚੇ ਨੇ ਤੇ ਕਿੰਨੇ ਮੁਲਾਜ਼ਮ? 5 ਬੱਚੇ, 2 ਮੁਲਾਜ਼ਮ ਜੀ, ਇੱਕ ਧੂਗਿਆ ਸਿੰਘ, ਇੱਕ ਮੁਲਾਜ਼ਮ ਤੇ 5 ਬੱਚੇ। ਤੇ ਕਿਸੇ ਨੂੰ ਰੈਫਰ ਵੀ ਕੀਤਾ ਮੁਲਾਜ਼ਮ ਨੂੰ? ਹਾਂਜੀ ਹਾਂਜੀ, ਉਹ DMC ਜੀ ਸਾਹਿਬ, DMC ਤੇ ਬਾਕੀ ਦੇ ਜਿਹੜੇ 5 ਬੱਚੇ ਨੇ ਉਹ ਕਿੱਥੇ ਨੇ? ਉਹ ਸਿਵਲ 'ਚ, ਸਿਵਲ 'ਚ ਇੱਕ ਮੁਲਾਜ਼ਮ ਜਿਹੜਾ। ਹਾਂਜੀ, ਉਹ ਏਜੰਸੀ 'ਚ ਬਾਕੀ ਪਹੁੰਚੇ ਕਿੱਦਾਂ ਜਿੱਥੇ ਲਗਭਗ ਤਿਆਰ ਹੋ ਰਿਹਾ ਸੀਗਾ? ਇਹ ਆਪਣੀ ਮਰਜ਼ੀ ਨਾਲ ਸੇਵਾ ਸੰਗਤ ਕਰਦੀ ਰਹਿੰਦੀ ਉੱਥੇ, ਤੁਹਾਨੂੰ ਪਤਾ ਜੀ ਉੱਥੇ ਪੁੱਛਦੇ ਤਾਂ ਕਿਹੜਾ ਕਿਸੇ ਨੂੰ ਕਹੀ ਜਾ ਵੀ ਤੂੰ ਭਾਵ ਕਿੱਧਰ ਆਇਆ, ਨਾ ਕਿਸੇ ਨੂੰ ਪੁੱਛੀਦਾ ਜੀ। ਤੁਹਾਡਾ ਨਾਮ ਜੀ? ਮੈਂ ਜਸਪਾਲ ਸਿੰਘ ਜੀ।